ਲੀਗਲ ਜਸਟਿਸ ਸਿਸਟਮ ਉਹ ਇਨਵੋਕ ਵੀ ਨਹੀਂ ਕਰ ਸਕਦੇ ਬੱਚੇ ਆਪਣੇ ਤੌਰ ਤੇ, ਕਿਉਂਕਿ ਉਹ ਪਾਣੀ ਪਿਆ ਰਿਹਾ ਸੀ ਉੱਥੇ ਉਹਦੀ ਲੱਤ ਨੂੰ ਏਮ ਕਰਕੇ, ਟੀਅਰ ਸ਼ੈਲ ਨਹੀਂ ਅਸੀਂ ਕਹਾਂਗੇ, ਇਟਸ ਫਾਰਮ ਆਫ ਗੈਸ ਗ੍ਰਨੇਡ, ਕਿਉਂਕਿ ਉਹ ਫਟ ਗਿਆ ਜੀ ਤੇ ਉਹਦੀ ਲੱਤ ਜਿਹੜੀ ਹੈ ਡਿਸਲੋਕੇਟ ਹੋ ਗਈ ਸੀਵੀਅਰਲੀ। ਇਹਨਾਂ ਦੇ ਵਿੱਚ ਫੌਜਦਾਰੀ ਮੁਕੱਦਮਿਆਂ ਦੇ ਵਿੱਚ ਤੁਸੀਂ ਸਟੇਟ ਦੇ ਖਿਲਾਫ਼ ਕ੍ਰਾਈਮ ਕਰਦੇ ਹੁੰਦੇ ਜੀ, ਪਰ ਇੱਥੇ ਹੈਰਾਨੀ ਹੈ ਕਿ ਇੱਕ ਸਟੇਟ ਕ੍ਰਾਈਮ ਕਰ ਰਹੀ ਹੈ, ਦੂਜੀ ਸਟੇਟ ਦੀ ਟੈਰੀਟੋਰੀਅਲ ਬਾਉਂਡਰੀ ਦੇ ਵਿੱਚ ਆ ਕੇ ਬ੍ਰੈਚ ਪਰਫਾਰਮ ਕਰ ਰਹੀ ਹੈ। ਉੱਥੇ ਆਮ ਨੌਜਵਾਨੀ ਮਿਲਟਰੀ ਗ੍ਰੇਡ ਦੇ ਵੈਪਨਸ ਦੇ ਜਿਹੜੇ ਉਹ ਬੁਲੇਟਸ ਨੇ ਹੱਥ 'ਚ ਫੜ ਕੇ ਖੜੀ ਹੈ, ਐਕਸਪਾਇਰੀ ਡੇਟ ਦੇ ਟੀਅਰ ਸ਼ੈਲ ਫੜ ਕੇ ਖੜੀ ਹੈ ਜੀ। ਕੀ ਉਹਨਾਂ ਸਾਰੀਆਂ ਚੀਜ਼ਾਂ 'ਤੇ ਰਿਪੋਰਟ ਨਹੀਂ ਬਣਾਉਣੀ ਬਣਦੀ? ਦੇਖੋ 153 ਅਸੀਂ ਇਕੱਲੀ ਰਾਜਪੁਰੇ ਦੇ SMO ਤੋਂ ਲਿਸਟ ਕਢਵਾਈ ਹੈ ਅਪਡੇਟ, 153 'ਚੋਂ 13 ਰੈਫਰ ਹੋ ਗਏ ਆ। ਉਹ ਰੈਫਰ ਕੌਣ ਹੈ? ਜਿਨ੍ਹਾਂ ਦੇ ਸੀਰੀਅਸ ਫੇਸ਼ਲ ਇੰਜਰੀਜ਼ ਨੇ, ਹੈੱਡ ਇੰਜਰੀਜ਼ ਨੇ, ਨੈਕ ਇੰਜਰੀਜ਼ ਨੇ, ਆਈ ਸਾਈਟ ਦੇ ਵਿੱਚ ਪ੍ਰੋਬਲਮ ਆ। ਇੱਕ ਸ਼ੁਭ ਕਰਨ ਦਾ ਮੁੱਦਾ ਉੱਠਿਆ ਅਤੇ ਉਹ ਜਿਵੇਂ ਆਪਾਂ ਕਹਿ ਦਿੰਦੇ ਹਾਂ ਵੀ ਇਹ ਕੋਈ ਮਾਰਕੀਟ ਲੱਗੀ ਹੋਈ ਆ, 1 ਕਰੋੜ ਦੇਤਾ ਜਾਂ ਕੁਛ ਦੇਤਾ ਜਸਕਰਨ ਦੇ, ਜੇ ਕਿਸੇ ਵਾਈਟਲ ਪਾਰਟ 'ਤੇ ਲੱਗ ਜਾਂਦੀ ਬੁਲੇਟ, ਫਿਰ ਉਹ ਜਸਕਰਨ ਦੇ ਨਾਲ ਅਸੀਂ ਉਹ ਪਲੀ ਬਾਰਗਨਿੰਗ ਕਰਨੀ ਸੀਗੀ। ਇੱਕ ਪਾਸੇ ਸਿਵਲ ਲਿਬਰਟੀਜ਼ ਦੀ ਗੱਲ ਚੱਲ ਰਹੀ ਹੈ ਵੀ ਹਾਂ ਵੀ ਮੂਵਮੈਂਟ ਚਾਹੀਦੀ ਕੁਛ, ਇੱਕ ਪਾਸੇ ਲਾਈਫ ਹੀ ਖਤਰੇ 'ਚ ਆ ਗਈ। ਹੇਟ ਸਪੀਚ ਦੇ ਉੱਤੇ ਕ੍ਰਾਈਮ ਆ 153, ਇਹ ਸੁਪਰੀਮ ਕੋਰਟ ਦੀਆਂ ਜਜਮੈਂਟਸ ਆਈਆਂ ਜੀ। ਇਹ ਹੋਰ ਕਿਸ ਤਰੀਕੇ ਦੀ ਹੇਟ ਸਪੀਚ ਹੋਊਗੀ? ਜਨਰਲ ਡਾਇਰ ਨੇ ਜੋ ਐਕਸ਼ਨ ਪਰਫਾਰਮ ਕੀਤਾ ਉਹਨੂੰ ਜਸਟੀਫਾਈ ਕਰਦੇ ਰਹੇ ਸਾਰੇ ਬੰਦੇ। ਇੱਥੇ ਜੇ ਐਕਸ਼ਨ ਪਰਫਾਰਮ ਹੋਇਆ ਉਹ ਕਹਿ ਰਹੇ ਰਬੜ ਬੁਲੇਟਸ ਹੈ, ਉਹ ਪਤੀਲਿਆਂ ਦੇ ਵਿੱਚ ਲੰਗਰਦਿਆਂ ਦੇ ਵਿੱਚ SLR ਦੀਆਂ ਬੁਲੇਟਸ ਫਸੀਆਂ ਮਿਲ ਰਹੀਆਂ, ਕਹਿ ਰਹੇ ਆ ਬਿਲੋ ਬੈਲੀ ਪੈਲਟਸ ਮਾਰੇ ਆ, ਅੱਖ ਰਪਚਰ ਹੋ ਗਈ ਕਿਸੇ ਦੇ, ਗਰਦਨ 'ਚ ਫਸੀ ਹੋਈ ਕਿਸੇ ਦੇ, ਅੱਖਾਂ 'ਚ ਫਸੇ ਹੋਏ ਆ ਪੈਲਟਸ। ਕੀ ਪੰਜਾਬ ਦੇ DGP ਨੂੰ ਪਿੱਛੋਂ ਡਾਇਰੈਕਸ਼ਨਸ ਆਈਆਂ ਕਿ ਹਰਿਆਣੇ ਦੇ DGP ਨੂੰ ਪੁੱਛਿਆ ਜਾਵੇ ਜਿੱਥੇ ਜਿੱਥੇ ਬੰਦਿਆਂ ਦੇ ਆ ਫੈਟਲ ਇੰਜਰੀਜ਼ ਹੋਈਆਂ? ਜੇ ਮੈਂ ਪੁੱਛ ਸਕਦਾ ਇਸ ਸਟੇਟ ਦਾ ਨਾਗਰਿਕ ਹੋਣ ਦੇ ਬਾਵਜੂਦ, ਕ੍ਰਾਈਮ ਕਿਹਦੇ ਖਿਲਾਫ਼ ਕਮਿਟ ਹੋ ਰਿਹਾ? ਸਟੇਟ ਆਫ ਪੰਜਾਬ ਦੇ ਖਿਲਾਫ਼, ਸਟੇਟ ਆਫ ਪੰਜਾਬ ਦੀ ਟੈਰੀਟੋਰੀਅਲ ਬ੍ਰੈਚ? ਇਹਨਾਂ ਦੇ ਇਹ ਸਵਾਲ ਕਿਉਂ ਨਹੀਂ ਪੁੱਛ ਸਕਦੇ? ਅਫਸੋਸ ਨਾਲ ਮੈਨੂੰ ਕਹਿਣਾ ਪੈ ਰਿਹਾ ਕਿ ਅਸੀਂ ਨਾ ਨਸਲ ਖੁਸ਼ੀ ਦੇ ਵਿੱਚ ਇੱਕ ਟਰਮ ਵਰਤਦੇ ਹਾਂ, ਡੀਹਿਊਮਨਾਈਜੇਸ਼ਨ ਜਾਂ ਸਬ ਹਿਊਮਨ ਕਰਨਾ। ਇਹਨਾਂ ਨੂੰ ਸਬ ਹਿਊਮਨ ਕੀਤਾ ਜਾ ਰਿਹਾ। ਗਿਵ ਅ ਡੌਗ ਬੈਡ ਨੇਮ ਐਂਡ ਸ਼ੂਟ ਹਿਮ, ਇੰਗਲਿਸ਼ ਦਾ ਪ੍ਰਵਰਬ ਹੈ। ਇਹਨਾਂ ਨੂੰ ਲਗਜ਼ਰੀ ਗੱਡੀਆਂ 'ਚ ਘੁੰਮਣ ਵਾਲੇ ਗੁੰਡੇ, ਚਾਹੇ ਖਾਲਿਸਤਾਨੀ ਕਹਿ ਦਿਓ, ਅਤੇ ਉਸ ਦੇ ਬਾਅਦ ਵਿੱਚ ਕਿਸ ਤਰ੍ਹਾਂ ਦਾ ਸਲੂਕ ਕੀਤਾ ਜਾ ਰਿਹਾ ਹੈਗਾ ਉਹ ਮੈਨੂੰ ਦੱਸਣ ਦੀ ਜ਼ਰੂਰਤ ਨਹੀਂ ਹੈ, ਤਸਵੀਰਾਂ ਹਰ ਕਿਸੇ ਨੇ ਦੇਖੀਆਂ ਹੋਈਆਂ ਨੇ। ਪਰ ਹੁਣ ਚੰਗੀ ਗੱਲ ਇਹ ਹੈ ਕਿ ਇਸ ਦੇ ਵਿੱਚ ਨਾਲ ਦੀ ਨਾਲ ਔਰ ਬੜੀ ਜਲਦੀ ਦੇ ਨਾਲ ਇਹ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਸਾਨਾਂ ਦੇ ਵੱਲੋਂ ਕਿਸੇ ਤਰ੍ਹਾਂ ਦੇ ਨਾਲ ਇਸ ਦੇ ਵਿੱਚ ਕੋਈ ਲੀਗਲ ਗੁਸਥਾਕੀ ਨਾ ਛੱਡੀ ਜਾਵੇ, ਅਤੇ ਜਿਹੜੇ ਵੀ ਨੌਜਵਾਨ ਇਸ ਤਰ੍ਹਾਂ ਦੇ ਤਸ਼ੱਦਦ ਦਾ ਸ਼ਿਕਾਰ ਹੋਏ ਹੈਗੇ ਨੇ ਉਹਨਾਂ ਨੂੰ ਇਨਸਾਫ ਦਵਾਇਆ ਜਾਵੇ, ਔਰ ਕਿਸ ਤਰ੍ਹਾਂ ਦੇ ਨਾਲ ਅਸੀਂ ਇੱਕ ਸੰਵਿਧਾਨਕ ਗਣਤੰਤਰ ਦੀ ਗਵਾਹੀ ਭਰਨ ਵਾਲੇ ਦੇਸ਼ ਦੇ ਵਿੱਚ ਰਹਿੰਦੇ ਹਾਂ ਅਤੇ ਉੱਥੇ ਸਾਨੂੰ ਇੱਕ ਵਾਰੀ ਫਿਰ ਫੰਡਾਮੈਂਟਲ ਰਾਈਟਸ ਦੇ ਲਈ ਜਿਹੜਾ ਹੈ ਲੜਨਾ ਪੈਂਦਾ ਆ। ਇਸੇ ਤਰ੍ਹਾਂ ਦੇ ਕੇਸ ਦੀ ਤਰਜਮਾਨੀ ਕਰ ਰਹੇ ਨੇ ਐਡਵੋਕੇਟ ਗੁਰਮੋਹਨ ਸਿੰਘ, ਅੱਜ PC ਹੋਈ ਹੈ ਔਰ ਉਸਦੇ ਵਿੱਚ ਦੱਸਿਆ ਕਿ ਕਿਸ ਤਰ੍ਹਾਂ ਦੇ ਨਾਲ ਸਿਰਫ ਇਹ ਜਿਹੜਾ ਤਸ਼ੱਦਦ ਹੈ ਜਿੱਥੇ ਸਾਹਮਣੇ ਸਾਨੂੰ ਲੱਗ ਰਿਹਾ ਕਿ ਫੋਰਸਿਸ ਕਰ ਰਹੀਆਂ ਹੈਗੀਆਂ ਨੇ, ਪਰ ਦੂਜੇ ਪਾਸੇ ਪੰਜਾਬ ਸਰਕਾਰ ਨੂੰ ਵੀ ਇਸ ਦੇ ਵਿੱਚ ਪਾਰਟੀਸਪੇਟ ਜਿਹੜਾ ਹੈਗਾ ਵਾ ਕਰਾਇਆ ਗਿਆ ਹੈਗਾ, ਉਹਨਾਂ ਨੂੰ ਵੀ ਕੁਐਸਚਨ ਜਿਹੜਾ ਹੈ ਉਹ ਕੀਤਾ ਗਿਆ ਹੈਗਾ ਕਿ ਉਸ ਤਰ੍ਹਾਂ ਦੇ ਨਾਲ ਸਹਿਯੋਗ ਨਹੀਂ ਕੀਤਾ ਜਾ ਰਿਹਾ ਹੈਗਾ। ਸੋ ਗੁਰਮੋਹਨ ਸਾਡੇ ਨਾਲ ਨੇ, ਕ੍ਰਿਮੀਨਲ ਰਿਟ ਪਾਈ ਹੈ, ਅਗਲੀ ਸੁਣਵਾਈ ਹੈਗੀ ਹੈ, ਔਰ ਜਿਸ ਤਰ੍ਹਾਂ ਦੇ ਨਾਲ ਸਿਰਸਾ ਸਾਹਿਬ ਨੇ ਕਿਹਾ ਕਿ ਤੁਸੀਂ ਆਪ ਜਾ ਕੇ ਮੁੰਡਿਆਂ ਨੂੰ ਮਿਲੇ, ਉਹਨਾਂ ਦੇ ਹਾਲਾਤ ਦੇਖੇ, ਸੋ ਕੀ ਸੀਗੇ ਅੱਖੀਂ ਡਿੱਟਾ ਹਾਲ ਕੀ ਸੀਗਾ? ਦੇਖੋ ਜਿਹੜਾ ਪਹਿਲਾ ਹੀ ਹੈ ਸਾਡਾ ਸਬਜੈਕਟ ਅੰਮ੍ਰਿਤਪਾਲ ਸਿੰਘ, ਮਹਿਜ 23 ਸਾਲ ਦਾ ਨੌਜਵਾਨ ਹੈ ਅਤੇ ਫਾਦਰ ਨਹੀਂ ਹੈਗੇ ਉਹਦੇ ਜੀ। ਇਹ ਚੀਜ਼ਾਂ ਮੈਂ ਤੁਹਾਨੂੰ ਇਸ ਲਈ ਨਹੀਂ ਕਹਿ ਰਿਹਾ ਕਿ ਕੋਈ, ਬਟ ਵਲਨਰੇਬਿਲਿਟੀਜ਼ ਕੀ ਨੇ,
ਲੀਗਲ ਜਸਟਿਸ ਸਿਸਟਮ ਉਹ ਇਨਵੋਕ ਵੀ ਨਹੀਂ ਕਰ ਸਕਦੇ ਬੱਚੇ ਆਪਣੇ ਤੌਰ ਤੇ, ਕਿਉਂਕਿ ਉਹ ਪਾਣੀ ਪਿਆ ਰਿਹਾ ਸੀ ਉੱਥੇ ਉਹਦੀ ਲੱਤ ਨੂੰ ਏਮ ਕਰਕੇ, ਟੀਅਰ ਸ਼ੈਲ ਨਹੀਂ ਅਸੀਂ ਕਹਾਂਗੇ, ਇਟਸ ਫਾਰਮ ਆਫ ਗੈਸ ਗ੍ਰਨੇਡ, ਕਿਉਂਕਿ ਉਹ ਫਟ ਗਿਆ ਜੀ ਤੇ ਉਹਦੀ ਲੱਤ ਜਿਹੜੀ ਹੈ ਡਿਸਲੋਕੇਟ ਹੋ ਗਈ ਸਿਵੀਅਰਲੀ ਤੇ ਮਲਟੀਪਲ ਉਹਦੇ ਫ੍ਰੈਕਚਰਸ ਨੇ ਜੀ। MLR ਰਿਪੋਰਟ ਜਿਹੜੀ ਆ ਉਹਨੂੰ ਲੈਣ ਦੇ ਲਈ ਇਹ ਸਾਨੂੰ ਮਜਬੂਰਨ ਦੱਸਣਾ ਪਿਆ ਜੱਜ ਸਾਹਿਬ ਨੂੰ ਕਿ ਜਿਹੜੀ ਮੈਡੀਕਲ ਪ੍ਰਣਾਲੀ ਹੈ 17 ਤਰੀਕ ਨੂੰ ਦਾ ਆਪਰੇਸ਼ਨ ਹੋਇਆ, 17, 18, 19, 20 ਉੱਨੀ ਤੇ 20 ਦੇ ਵਿੱਚ ਅਸੀਂ ਜਦੋਂ ਰਿਪੋਰਟ ਮੰਗਦੇ ਹਾਂ ਕਹਿੰਦਾ ਹਾਲੇ ਤੱਕ ਨਹੀਂ ਆਈ, ਸਾਨੂੰ ਮਜਬੂਰਾਂ ਨੇ ਚੀਜ਼ ਮੀਡੀਆ 'ਚ ਦੱਸਣੀ ਪੈ ਰਹੀ ਹੈ ਜੀ, ਕਿਉਂਕਿ ਐਵੀਡੈਂਸ ਪ੍ਰੀਜ਼ਰਵੇਸ਼ਨ ਇਹ ਜਿਹੜੇ ਕ੍ਰਾਈਮਸ ਨੇ ਇਹ ਅਸੀਂ ਜੇ ਦੇਖਿਆ ਜਾਵੇ ਵੀ ਇਹਨਾਂ ਦੇ ਵਿੱਚ ਫੌਜਦਾਰੀ ਮੁਕੱਦਮਿਆਂ ਦੇ ਵਿੱਚ ਤੁਸੀਂ ਸਟੇਟ ਦੇ ਖਿਲਾਫ਼ ਕ੍ਰਾਈਮ ਕਰਦੇ ਹੁੰਦੇ ਹੋ ਜੀ, ਪਰ ਇੱਥੇ ਹੈਰਾਨੀ ਹੈ ਕਿ ਇੱਕ ਸਟੇਟ ਕ੍ਰਾਈਮ ਕਰ ਰਹੀ ਆ, ਦੂਜੀ ਸਟੇਟ ਦੀ ਟੈਰੀਟੋਰੀਅਲ ਬਾਉਂਡਰੀ ਦੇ ਵਿੱਚ ਆ ਕੇ ਬ੍ਰੈਚ ਪਰਫਾਰਮ ਕਰ ਰਹੀ ਹੈ ਤੇ ਉਹ ਸਟੇਟ ਜਿਹੜੀ ਹੈ ਉਹ ਬਸ ਪੋਲੀਟੀਕਲ ਬਿਆਨ ਦੇ ਰਹੀ ਹੈ, ਐਕਟ ਕੁਛ ਕਰ ਨਹੀਂ ਰਹੀ। ਇਹ ਹੈਰਾਨੀ ਦੀ ਗੱਲ ਹੈ, ਜਿਹੜੇ ਕੋਜੈਂਟ ਸਟੈਪਸ ਚਾਹੀਦੇ ਸੀ ਪੰਜਾਬ ਸਰਕਾਰ ਨੂੰ ਲੈਣੇ ਜੀ, ਬੈਲਿਸਟਿਕ ਰਿਪੋਰਟਸ ਬਣਵਾਉਣੀਆਂ ਚਾਹੀਦੀਆਂ ਸੀਗੀਆਂ, ਉੱਥੇ ਆਮ ਨੌਜਵਾਨੀ ਮਿਲਟਰੀ ਗ੍ਰੇਡ ਦੇ ਵੈਪਨਸ ਦੇ ਜਿਹੜੇ ਉਹ ਬੁਲੇਟਸ ਨੇ ਹੱਥ 'ਚ ਫੜ ਕੇ ਖੜੀ ਹੈ, ਐਕਸਪਾਇਰੀ ਡੇਟ ਦੇ ਟੀਅਰ ਸ਼ੈਲ ਫੜ ਕੇ ਖੜੀ ਹੈ, ਕੀ ਉਹਨਾਂ ਸਾਰੀਆਂ ਚੀਜ਼ਾਂ 'ਤੇ ਰਿਪੋਰਟ ਨਹੀਂ ਬਣਾਉਣੀ ਬਣਦੀ? ਦੇਖੋ ਪਹਿਲੀ ਗੱਲ ਤਾਂ ਇਹ ਹੈ, ਇਹਦੇ ਵਿੱਚ ਤੁਹਾਨੂੰ ਮੈਂ ਦੱਸਾਂ ਥੋੜ੍ਹਾ ਆਮ ਜਿਹਾ ਲਾਅ ਤੁਹਾਨੂੰ ਮੈਂ ਦੱਸਦਾ ਸਮਝਾਉਂਦਾ ਕਿ ਸੈਕਸ਼ਨ 46 ਹੈ ਜਿਹਦੀ ਮਿਸ ਐਪਲੀਕੇਸ਼ਨ ਹੋਈ ਹੈ, ਕਿ ਅਰੈਸਟ ਕਿਵੇਂ ਬਣਾਉਣਾ, ਹਾਊ ਟੂ ਮੇਕ ਐਨ ਅਰੈਸਟ। ਉਸ ਤੋਂ ਵੀ ਪਹਿਲਾਂ ਆ ਜੀ, ਉਹ ਮੰਗ ਕੀ ਰਹੇ ਆ, ਇੱਕ ਪੈਸੇਜ ਆ ਉਹਨਾਂ ਦਾ ਇੰਡੀਆ ਤੱਕ ਜਾਣ ਦਾ ਜੀ, ਪੰਜਾਬ 'ਚੋਂ ਨਿਕਲੇ ਆ, ਐਜ਼ ਪਰ ਆਰਟੀਕਲ 19 ਸਬ ਸੈਕਸ਼ਨ 2 ਫਰੀਡਮ ਆਫ ਮੂਵਮੈਂਟ ਹੈ ਜਿਹੜੀ ਉਹਨਾਂ ਦਾ ਰਾਈਟ ਹੈ, ਕਿ ਉਹ ਆਪਣੇ ਸੈਂਟਰਲ ਮਿਨਿਸਟਰਸ ਨੂੰ ਐਡਰੈਸ ਕਰਕੇ ਜਿਹੜੀਆਂ ਉਹਨਾਂ ਦੀਆਂ ਗ੍ਰੀਵਾਂਸਿਸ ਨੇ ਉਹਨਾਂ ਦੇ ਉੱਤੇ, ਜਿਵੇਂ ਇੱਥੇ ਤੁਸੀਂ ਦੇਖਿਆ ਕਿ KMM ਦੇ ਵੀ ਸਾਡੇ ਕੋਲ ਆਏ ਹੋਏ ਸੀ ਲੀਡਰ, ਸਾਰੇ ਆਏ ਹੋਏ ਸੀ, ਉਹਨਾਂ ਨੇ ਦੱਸਿਆ ਕਿ ਉਹ ਤਾਂ ਬਸ ਗੱਲਾਂ ਕਰਨੀਆਂ ਚਾਹੁੰਦੇ ਆ, ਸਟਰਬਲ ਬਰਨਿੰਗ ਹੋ ਗਈ, MSP ਹੋ ਗਈ, ਆਹ ਸਾਰੀਆਂ ਚੀਜ਼ਾਂ ਦੇ ਉੱਤੇ ਵੇ ਆਊਟ ਚਾਹੁੰਦੇ ਨੇ ਜੀ। ਬਿਲਕੁਲ, 2 ਜਨਵਰੀ ਨੂੰ ਆਪਣਾ ਜੰਡਿਆਲਾ ਗੁਰੂ ਦਾਣਾ ਮੰਡੀ ਦੇ ਵਿੱਚ ਕਿਸਾਨ ਮਹਾਂ ਪੰਚਾਇਤ ਹੁੰਦੀ ਆ, ਉਦੋਂ ਡਿਸਾਈਡ ਕਰ ਲਿਆ ਜਾਂਦਾ, ਸਰਕਾਰਾਂ ਨੂੰ ਪਤਾ ਵੀ ਹੈ ਜੀ। ਸੋ ਉੱਥੇ ਜਦੋਂ ਲੋਕ ਪੀਸਫੁਲ ਤਰੀਕੇ ਨਾਲ ਜਾ ਰਹੇ ਆ ਵੀ ਉਹਨਾਂ ਦੇ ਇਸ ਤਰੀਕੇ ਦੇ ਨਾਲ ਮਿਲਟਰੀ ਗ੍ਰੇਡ ਵੈਪਨਸ ਦਾ ਯੂਜ਼ ਕਰਨਾ ਜੀ ਇੱਕ ਪਾਸੇ, ਦੂਜੇ ਪਾਸੇ ਜਿਹੜੇ ਪਬਲਿਕ ਸਰਵੈਂਟਸ ਨੇ, ਤੁਸੀਂ ਦੇਖੋ ਲਖੀਮਪੁਰ ਖੀਰੀ ਦਾ ਇੰਸੀਡੈਂਟ ਇਹਦੇ ਨਾਲ ਕਿਵੇਂ ਜੁੜਦਾ, ਜਿੱਦਾਂ ਉਹਨਾਂ ਨੇ ਇਨਸਾਫ਼ ਕਿਹਾ ਕਿ ਆਲ ਇੰਡੀਆ ਸਿੰਗਲ ਡਿਜਿਟ ਰੈਂਕ ਹੋਲਡਰ ਆਯੂਸ਼ ਸਿਨਹਾ ਕਹਿ ਰਿਹਾ ਇਨਕੇ ਸਿਰ ਖੋਲ ਦੇਣਾ, ਅਸੀਂ ਜੱਜ ਸਾਹਿਬ ਨੂੰ ਵੀ ਦੱਸਿਆ ਕਿ ਇਸ ਲੈਵਲ ਦਾ ਡਿਮੀਨਰ ਜਿਹੜਾ ਆ ਇੱਕ IAS ਸ਼ੋਕੇਸ ਕਰੂਗਾ। IAS ਦੇ ਵਿੱਚ ਪੇਪਰ 4 ਹੁੰਦਾ ਐਥਿਕਸ ਦਾ, ਐਥਿਕਸ ਇੰਟੈਗ੍ਰਿਟੀ ਐਂਡ ਐਪਟੀਟਿਊਡ ਪੂਰੇ ਪੇਪਰ ਦਾ ਨਾਮ ਹੈ। ਸੋ ਇਸ ਇਹ ਚੀਜ਼ ਅਸੀਂ ਇੱਕ ਇਗਨੋਰਡ ਅਨਲਰਨਡ ਫਾਰਮਰ ਤੋਂ ਤਾਂ ਐਕਸਪੈਕਟ ਕਰ ਸਕਦੇ ਹਾਂ, ਕਿਉਂਕਿ ਉਹਨੂੰ ਸਰਕਮਸਟਾਂਸਿਸ ਨੇ ਦਿੱਤੇ ਗਏ, ਉਹਨੂੰ ਤਾਂ ਫਸਲ ਦੇ ਇੱਕ 2-2 ਰੁਪਏ ਪਿੱਛੇ ਆ ਧੱਕੇ ਖਾਣੇ ਪੈ ਰਹੇ ਆ ਜੀ। ਪਰ ਇੱਕ ਆਫੀਸਰ ਜਿਹੜਾ ਟ੍ਰੇਨਿੰਗ ਲੈ ਕੇ ਆ ਰਿਹਾ ਸਾਰੇ ਸਿਸਟਮ ਤੋਂ, ਉਹ ਇਸ ਲੈਵਲ ਦਾ ਡਿਮੀਨਰ ਸ਼ੋਕੇਸ ਕਰੂਗਾ ਤੇ ਅਸੀਂ ਕੀ ਐਕਸਪੈਕਟ ਕਰਦੇ ਆ? ਬਿਲਕੁਲ, ਇਹ ਵੀ ਇੱਕ ਸਟੇਟਮੈਂਟ ਆਈ ਸੀ ਵੀ ਲੱਠ ਨਾ ਮਾਰਨਾ, ਲੱਠ ਦੀ ਹੁੱਜ, ਮਤਲਬ ਡੰਡੇ ਦਾ ਹੁੱਜ ਵੀ ਮਾਰਨਾ ਵੀ ਕਾਫੀ ਵਾਇਰਲ ਰਿਹਾ ਹੈਗਾ। ਸੋ ਇਹ ਸਾਰੇ ਦੇ ਵਿੱਚ ਤੁਸੀਂ ਪ੍ਰਸ਼ਾਸਨ ਨੂੰ ਜਾਂ ਜਿਨ੍ਹਾਂ ਨੇ ਕਿਸਾਨਾਂ ਦੇ ਉੱਤੇ ਤਸ਼ੱਦਦ ਕੀਤਾ ਹੈਗਾ, ਜਾਂ ਜਿਸ ਤਰ੍ਹਾਂ ਤੁਸੀਂ ਕਿਹਾ ਕਿ 3 ਮੁੰਡੇ ਜਿਨ੍ਹਾਂ ਨੂੰ ਤੁਸੀਂ ਇਲਸਟ੍ਰੇਟਿਵ ਮਤਲਬ ਇਸ਼ਾਰਾ ਮਾਤਰ ਤੁਸੀਂ ਦੱਸਣਾ ਚਾਹਿਆ ਵੀ ਆਹ ਕੁਛ ਹੋ ਰਿਹਾ ਹੈਗਾ ਆ, ਇਸ ਤੋਂ ਇਲਾਵਾ ਜਿਵੇਂ 153 ਹੋਰ ਲੋਕਾਂ ਦੀ ਤੁਸੀਂ ਗੱਲ ਕੀਤੀ ਹੈਗੀ ਹੈ, ਉਹ ਇਹਦੇ ਵਿੱਚ ਕਿੱਦਾਂ ਪਾਰਟਿਸਿਪੇਟਡ ਨੇ? ਦੇਖੋ 153 ਅਸੀਂ ਇਕੱਲੀ ਰਾਜਪੁਰੇ ਦੇ SMO ਤੋਂ ਲਿਸਟ ਕਢਵਾਈ ਹੈ ਅਪਡੇਟ। ਸੋ 153 153 'ਚੋਂ 13 ਰੈਫਰ ਹੋ ਗਏ ਆ, ਉਹ ਰੈਫਰ ਕੌਣ ਹੈ? ਜਿਨ੍ਹਾਂ ਦੇ ਸੀਰੀਅਸ ਫੇਸ਼ਲ ਇੰਜਰੀਜ਼ ਨੇ, ਹੈੱਡ ਇੰਜਰੀਜ਼ ਨੇ, ਨੈੱਕ ਇੰਜਰੀਜ਼ ਨੇ,
ਆਈਸਾਈਟ ਦੇ ਵਿੱਚ ਪ੍ਰੋਬਲਮ ਆ ਜਾਂ ਉਹ ਬੰਦੇ ਜਿਨ੍ਹਾਂ ਦਾ ਉੱਥੇ ਇਨਫਰਾਸਟ੍ਰਕਚਰ ਫੈਸਿਲਿਟੀ ਨਹੀਂ ਹੈਗੀ ਹੋਸਪਿਟਲ 'ਚ, ਰੈਫਰ ਆਪਾਂ ਕਿਹਨੂੰ ਕਰਦੇ ਹਾਂ? ਹੁਣ ਹੈਰਾਨੀ ਦੀ ਗੱਲ ਇਹ ਹੈ ਕਿ ਇੱਥੇ ਮਤਲਬ ਇੱਕ ਸ਼ੁਭ ਕਰਨ ਦਾ ਮੁੱਦਾ ਉੱਠਿਆ ਅਤੇ ਉਹ ਜਿਵੇਂ ਆਪਾਂ ਕਹਿ ਦਿੰਦੇ ਹਾਂ ਵੀ ਇਹ ਕੋਈ ਮਾਰਕੀਟ ਲੱਗੀ ਹੋਈ ਆ, 1 ਕਰੋੜ ਦੇਤਾ ਜਾਂ ਕੁਛ ਦੇਤਾ। ਹੁਣ ਜਸਕਰਨ ਹੈ ਦੂਜਾ ਕੇਸ, ਤੁਸੀਂ ਦੇਖਿਆ ਜਸਕਰਨ ਦੇ ਜੇ ਕਿਸੇ ਵਾਈਟਲ ਪਾਰਟ 'ਤੇ ਲੱਗ ਜਾਂਦੀ ਬੁਲੇਟ, ਫਿਰ ਉਹ ਜਸਕਰਨ ਦੇ ਨਾਲ ਅਸੀਂ ਉਹ ਪਲੀ ਬਾਰਗਨਿੰਗ ਕਰਨੀ ਸੀਗੀ। ਸੋ ਇੱਥੇ ਹੈਰਾਨੀ ਤਾਂ ਇਹ ਹੈ ਵੀ ਜੋ ਹੋਣਾ ਚਾਹੀਦਾ ਉਹ ਹੋ ਨਹੀਂ ਰਿਹਾ ਜੀ, ਐਵੀਡੈਂਸ ਹੀ ਨਹੀਂ ਪ੍ਰਿਜ਼ਰਵ ਹੋ ਰਹੀ ਜੀ। ਹੁਣ ਅਸੀਂ ਇਹਨਾਂ ਤੱਕ ਪਹੁੰਚੇ ਹਾਂ, ਇਹ ਰਿਸਪੋਂਸੀਬਿਲਟੀ ਕਿਹਦੀ ਸੀ? ਐਸਐਸਪੀ ਕਿਹੜੇ ਕਿਹੜੇ ਲੱਗਦੇ ਨੇ? ਡੀਜੀਪੀ ਨੂੰ ਰੀਪ੍ਰੈਜੈਂਟੇਸ਼ਨ ਗਈ ਹੈ, ਦੂਜੀਆਂ ਰੀਪ੍ਰੈਜੈਂਟੇਸ਼ਨਸ ਗਈਆਂ ਅੰਡਰ 154 ਸਬਸੈਕਸ਼ਨ 3, ਉਹ ਸਾਰੇ 'ਤੇ ਜਦੋਂ ਐਕਸ਼ਨ ਨਹੀਂ ਹੋਇਆ ਅਸੀਂ ਰੋਕੇ ਸੀ, ਫਿਰ ਜਾ ਕੇ ਹਾਈ ਕੋਰਟ ਨੂੰ ਅਪਰੋਚ ਕੀਤਾ। ਪ੍ਰਾਈਮਾ ਫਸਾਈ ਜਿਹੜੀ ਰਿਸਪੋਂਸੀਬਿਲਟੀ ਬਣਦੀ ਹੈ, ਜੇ ਇੱਧਰ ਦਾ ਡੀਜੀਪੀ ਮਹਿਜ਼ ਹਰਿਆਣੇ ਦੀਆਂ ਕਮਿਊਨੀਕੇਸ਼ਨਸ ਦੇ ਉੱਤੇ ਇਹ ਕਹਿ ਸਕਦਾ ਕਿ ਆ ਟ੍ਰੈਂਪੋਲੀਨ ਨਹੀਂ ਲੈ ਕੇ ਜਾਣੀ, ਜੇਸੀਬੀ ਨਹੀਂ ਲੈ ਕੇ ਜਾਣੀ, ਅਤੇ ਕੀ ਇਹਨਾਂ ਚੀਜ਼ਾਂ ਦਾ ਕਿਸੇ ਦੀ ਲਾਈਫ ਤੋਂ ਜ਼ਿਆਦਾ? ਦੇਖੋ ਇੱਕ ਪਾਸੇ ਸਿਵਲ ਲਿਬਰਟੀਜ਼ ਦੀ ਗੱਲ ਚੱਲ ਰਹੀ ਹੈ ਵੀ ਹਾਂ ਵੀ ਮੂਵਮੈਂਟ ਚਾਹੀਦੀ ਕੁਛ, ਇੱਕ ਪਾਸੇ ਲਾਈਫ ਹੀ ਖਤਰੇ 'ਚ ਆ ਗਈ। ਅਸੀਂ ਜੱਜ ਸਾਹਿਬ ਨੂੰ ਬੜੇ ਅਫਸੋਸ ਨਾਲ ਕਿਹਾ ਕਿ ਅਸੀਂ ਕਿਹੜੀ ਰਾਹ ਦੇ ਵਿੱਚ ਰਹਿ ਰਹੇ ਹਾਂ, ਸੈਂਸ ਆਫ ਅਨਬਿਲੋਂਗਿੰਗਨੈਸ, ਏਲੀਅਨਨੈਸ ਜਿਹੜੀ ਹੈ ਇੱਥੇ ਮਹਿਸੂਸ ਕਰ ਰਹੇ ਹਾਂ ਸਿਟੀਜ਼ਨਸ। ਫਿਰ ਕਿਸੇ ਦਾ ਰਿਲੀਜੀਅਸ ਬਿਲੀਫ ਫੇਥ ਕੁਛ ਵੀ ਹੋ ਸਕਦਾ, ਮਹਿਜ਼ ਉਸ ਕੰਡਕਟ 'ਤੇ ਉਹਨਾਂ ਨੂੰ ਟਾਰਗੇਟ ਕਰੀ ਜਾਣਾ। ਹੇਟ ਸਪੀਚ ਦੇ ਉੱਤੇ ਕ੍ਰਾਈਮ ਆ 153A, ਸੁਪਰੀਮ ਕੋਰਟ ਦੀਆਂ ਜੱਜਮੈਂਟਸ ਆਈਆਂ ਜੀ, ਇਹ ਹੋਰ ਕਿਸ ਤਰੀਕੇ ਦੀ ਹੇਟ ਸਪੀਚ ਹੋਊਗੀ? ਸੋ ਤੁਸੀਂ ਜਿਵੇਂ ਦੱਸ ਰਹੇ ਹੈਗੇ ਕਿ ਕਾਫੀ ਸਾਰੇ ਮੁੰਡਿਆਂ ਦੇ ਉੱਤੇ ਇਹ ਤਸ਼ੱਦਦ ਰਿਹਾ, ਤੁਸੀਂ ਪੀਸੀ ਦੇ ਵਿੱਚ ਇੱਕ ਬੜਾ ਅਸੀਂ ਕਹਿ ਸਕਦੇ ਹਾਂ ਉਹ ਸਾਡਾ ਇਤਿਹਾਸ ਜਾਣਦਾ ਹੈਗਾ, ਪਰ ਤੁਸੀਂ ਇੱਕ ਸ਼ਬਦ ਕਿਹਾ ਕਿ ਜਲਿਆਂਵਾਲੇ ਬਾਗ ਦੇ ਖੂਨੀ ਸਾਕੇ ਦੇ ਨਾਲ ਮਿਲਦਾ ਜੁਲਦਾ ਹੈਗਾ, ਇਟਸ ਟੂ ਹਾਰਡ, ਅਸੀਂ ਇੱਕ ਸੰਵਿਧਾਨ ਦੇ ਢਾਂਚੇ ਦੇ ਵਿੱਚ ਇਸ ਵੇਲੇ ਰਹਿ ਰਹੇ ਹੈਗੇ, ਉਹਦੇ ਨਾਲ ਕਿੱਦਾਂ ਇਹਨੂੰ ਤੁਸੀਂ ਰਿਜ਼ੈਂਬਲ ਕਰ ਰਹੇ ਹੈਗੇ ਹੋ? ਦੇਖੋ ਹੈਰਾਨੀ ਇਹ ਆ ਰਹੀ ਕਿ ਉਦੋਂ ਜਨਰਲ ਡਾਇਰ ਨੇ ਜੋ ਐਕਸ਼ਨ ਪਰਫਾਰਮ ਕੀਤਾ ਉਹਨੂੰ ਜਸਟੀਫਾਈ ਕਰਦੇ ਰਹੇ ਸਾਰੇ ਬੰਦੇ, ਇੱਥੇ ਜੇ ਐਕਸ਼ਨ ਪਰਫਾਰਮ ਹੋਇਆ ਉਹ ਕਹਿ ਰਹੇ ਰਬੜ ਬੁਲੇਟਸ ਹੈ, ਉਹ ਪਤੀਲਿਆਂ ਦੇ ਵਿੱਚ ਲੰਗਰਦਿਆਂ ਦੇ ਵਿੱਚ SLR ਦੀਆਂ ਬੁਲੇਟਸ ਫਸੀਆਂ ਮਿਲ ਰਹੀਆਂ, ਕਹਿ ਰਹੇ ਆ ਬਿਲੋ ਬੈਲੀ ਪੈਲਟਸ ਮਾਰੇ ਆ, ਅੱਖ ਰਪਚਰ ਹੋ ਗਈ ਕਿਸੇ ਦੇ, ਗਰਦਨ 'ਚ ਫਸੀ ਹੋਈ ਕਿਸੇ ਦੇ, ਅੱਖਾਂ 'ਚ ਫਸੇ ਹੋਏ ਆ ਪੈਲਟਸ। ਸੋ ਇੰਨਾ ਕੁਛ ਸਾਹਮਣੇ ਦੇਖਣ ਦੇ ਬਾਵਜੂਦ ਦੇਖੋ ਉੱਥੇ ਕੀ ਸੀ, ਡਾਕਟਰ ਸੈਫੁਦੀਨ ਕਿਚਲੂ ਨੇ ਕਾਲ ਦਿੱਤੀ, ਸਾਰੇ ਇਕੱਠੇ ਹੋ ਗਏ ਫੋਰ ਸਿਵਲ ਲਿਬਰਟੀਜ਼, ਇੱਥੇ ਫਾਰਮਰ ਆਰਗਨਾਈਜੇਸ਼ਨ ਨੇ ਕਾਲ ਦਿੱਤੀ, ਸਾਰੇ ਇਕੱਠੇ ਹੋ ਗਏ ਫੋਰ ਬੈਟਰ MSP ਐਂਡ ਫਾਰਮਰ ਕੰਡੀਸ਼ਨਸ, ਉਹਨਾਂ ਦੀ ਟ੍ਰੀਟਮੈਂਟ ਕੀ ਸੀ, ਇਹਨਾਂ ਦੀ ਟ੍ਰੀਟਮੈਂਟ ਕੀ ਸੀ, ਤੁਸੀਂ ਖੁਦ ਕੰਪੇਅਰ ਅਤੇ ਕੰਟਰਾਸਟ ਕਰੋ। ਪੰਜਾਬ ਸਰਕਾਰ ਦੇ ਨਾਲ ਕਿਉਂ ਤੁਸੀਂ? ਸਿਰਫ ਇੱਕ ਚੀਜ਼ ਹੈ ਉੱਥੇ ਸ਼ਰੇਆਮ ਦੇਖ ਰਿਹਾ ਸੀ, ਇੱਥੇ ਦੇਖੋ ਪੰਜਾਬ ਸਰਕਾਰ ਦੇ ਨਾਲ, ਕਿਸਾਨਾਂ ਦੇ ਨਾਲ ਹੈ ਪੰਜਾਬ ਸਰਕਾਰ, ਉਹ ਕਹਿ ਰਹੇ ਕਿ ਦੇਸ਼ ਦੇ ਕਿਸਾਨ ਨੇ ਬੂਹੇ ਖੋਲੋ ਗੱਲ ਕਰੋ, ਸ਼ੁਭ ਕਰਨ ਵਾਲੇ ਮਾਮਲੇ ਦੇ ਵਿੱਚ ਉਸਦੀ ਸਿਸਟਰ ਨੂੰ ਜੋਬ ਉਸੇ ਵੇਲੇ ਦੇ ਦੇਣਾ, ਤੁਸੀਂ ਕਹਿ ਰਹੇ ਹੈਗੇ ਹੋ ਕਿ ਗਰਾਊਂਡ ਦੇ ਉੱਤੇ ਆ ਕੇ ਕਿ ਸਿਰਫ ਲੀਗਲੀ ਜੋ ਕਾਨੂੰਨੀ ਤੌਰ ਦੇ ਉੱਤੇ ਇੱਕ ਸਰਕਾਰ ਕਰ ਸਕਦੀ ਹੁੰਦੀ ਹੈ, ਉੱਥੇ ਤੁਹਾਨੂੰ ਲੱਗ ਰਿਹਾ ਕਿ ਉਹ ਤੁਹਾਡੇ ਹੱਕ ਦੇ ਵਿੱਚ ਨਹੀਂ ਵਿਚਰ ਰਹੀ ਹੈਗੀ, ਰਾਈਟ? ਦੇਖੋ ਗੱਲ ਇੱਥੇ ਮੇਰੀ ਹੱਕ ਦੀ ਨਹੀਂ ਹੈ, ਇੱਥੇ ਕਿਸਾਨਾਂ ਦੇ ਲੀਗਲ, ਹਾਂ ਗੱਲ ਇੱਥੇ ਕੀ ਹੈ ਕਿ ਜਦੋਂ ਸ਼ੁਭ ਕਰਨ ਦਾ ਇੰਨਾ ਕੁਛ ਹੋ ਗਿਆ, ਜਦੋਂ ਅਸੀਂ ਜਾਨ ਹੀ ਗਵਾਲੀ, ਉਹ ਕਹਿੰਦੇ ਅਬ ਪਛਤਾਏ ਕਿਆ ਹੋਤ, ਜਬ ਚਿੜੀਆ ਚੋਗੀ ਖੇਤ, ਬਿਲਕੁਲ ਜਿਹੜੇ ਸ਼ੁਭ ਕਰਨ ਨੂੰ ਇਹਨਾਂ ਨੇ ਦਿੱਤਾ ਉਹ ਹੈਗਾ,
ਜਿਹੜੇ ਸੰਘਰਸ਼ ਦੇ ਲਈ ਉਹ ਆਇਆ ਸੀਗਾ ਉਹ ਮੰਨ ਸਕਦਾ ਉਹਨੂੰ? ਜਿਹੜਾ ਉਹਦਾ ਰਾਈਟ ਟੂ ਲਾਈਫ ਸੀਗਾ ਉਹੀ ਨਹੀਂ ਰਿਹਾ। ਹੁਣ ਉੱਥੇ ਆਊਗਾ ਅਵਾਰਡ ਟੂ ਲੇਟ ਸ਼ੁਭਕਰਨ ਸਿੰਘ ਜੀ, ਉਹਦੇ ਅੱਗੇ ਲੇਟ ਲੱਗ ਜੂਗਾ। ਉਹਦੀ ਫੈਮਿਲੀ ਉਹਦੀ ਸਿਸਟਰ ਨੂੰ ਨੌਕਰੀ ਦੇ ਤੀ, ਪਰ ਮੁੱਦਾ ਤਾਂ ਉੱਥੇ ਹੀ ਰਹਿ ਗਿਆ। ਗੱਲ ਤਾਂ ਇਹ ਪ੍ਰੋਬਲਮ ਤਾਂ ਐਡਰੈਸ ਨਾ ਹੋਈ। ਫਿਰ ਇੱਥੇ ਸਟੇਟ ਕਰ ਕੀ ਸਕਦੀ ਸੀ, ਜਿਵੇਂ ਮੈਂ ਅਪਰੋਚ ਕੀਤਾ ਇਹਨਾਂ ਨੂੰ ਕਿ ਆ ਫਰੈਂਡਲੀ ਐਟਮੋਸਫੇਅਰ ਸੀਐਮ ਨਹੀਂ ਕ੍ਰੀਏਟ ਕਰ ਸਕਦਾ, ਵੀ ਅਸੀਂ ਆਹ ਹੈਲਪਲਾਈਨਸ ਖੋਲੀਆਂ, ਜੋ ਤੁਹਾਡੇ ਨਾਲ ਵਧੀਕੀ ਹੋਈ ਇੱਥੇ ਰਜਿਸਟਰ ਕਰਾਓ। ਕੀ ਪੰਜਾਬ ਦੇ ਡੀ ਜੀ ਪੀ ਨੂੰ ਪਿੱਛੋਂ ਡਾਇਰੈਕਸ਼ਨਸ ਆਈਆਂ ਕਿ ਹਰਿਆਣੇ ਦੇ ਡੀ ਜੀ ਪੀ ਨੂੰ ਪੁੱਛਿਆ ਜਾਵੇ ਜਿੱਥੇ ਜਿੱਥੇ ਬੰਦਿਆਂ ਦੇ ਆਹ ਫੈਟਲ ਇੰਜਰੀਜ਼ ਹੋਈਆਂ, ਤੁਹਾਡੀ ਕਿਹੜੀ ਓਪਰੇਸ਼ਨ ਦੀ ਜਿਹੜੀ ਯੂਨਿਟ ਹੈ ਉਹ ਹੈਗੀ ਆ, ਉਹਨਾਂ ਦੀ ਲਿਸਟ ਤੋਂ 15-20 ਜਣਿਆਂ ਦੀ, 25-30 ਜਣਿਆਂ ਦੀ। ਜੇ ਉਹ ਬੰਦੇ ਉੱਥੇ ਖੜੇ ਨੇ, ਪ੍ਰੋਬੇਬਿਲਟੀ ਹੈ ਪਰਮੂਟੇਸ਼ਨ ਕੰਬੀਨੇਸ਼ਨ ਲੱਗਦੇ ਨੇ, ਉਹਨਾਂ 'ਚੋਂ ਕਿਸੇ ਇੱਕ ਤੋਂ ਐਕਸ਼ਨ ਹੋਇਆ ਨਾ, ਕੀ ਉਹਨਾਂ 'ਤੇ ਕੋਈ ਇਨਕੁਆਇਰੀ ਬੈਠੀ? ਉਹਨਾਂ ਨੂੰ ਪੁੱਛਿਆ ਗਿਆ ਕਿ ਰੀਜ਼ਨੇਬਲ ਯੂਜ਼ ਆਫ ਫੋਰਸ ਤੁਸੀਂ ਲਾ ਰਹੇ ਹੋ, ਵੀ ਕੌਣ ਨੇ ਕਿਸਾਨ? ਅਤੇ ਤੁਸੀਂ ਮਾਣਯੋਗ ਇੰਡੀਆ ਦੇ ਪੁਰਾਣੇ ਜੇ ਤੁਸੀਂ ਗੱਲ ਕਰਦੇ ਹੋ ਪ੍ਰਧਾਨ ਮੰਤਰੀ ਦੀ, ਸ਼੍ਰੀ ਲਾਲ ਬਹਾਦਰ ਸ਼ਾਸਤਰੀ ਦੀ, ਉਹਨਾਂ ਨੇ ਨਾਰਾ ਦਿੱਤਾ ਸੀ ਜੈ ਜਵਾਨ ਜੈ ਕਿਸਾਨ ਦਾ 1857 ਦੇ ਵਿੱਚ। ਜੇ ਆਪਾਂ ਕ੍ਰਾਂਤੀ ਦੀ ਗੱਲ ਕਰੀਏ, ਹਰੀ ਕ੍ਰਾਂਤੀ ਕੌਣ ਸੀਗਾ, ਮੰਗਲ ਪਾਂਡੇ ਕੌਣ ਸੀ? ਅੱਜ ਦੀ ਡੇਟ 'ਚ ਉਹੀ ਗਲਤੀਆਂ ਸਰਕਾਰਾਂ ਦੁਬਾਰਾ ਕਰ ਰਹੀਆਂ ਕਿ ਕਿਸਾਨ ਨੂੰ ਜਵਾਨ ਦੇ ਅਗੇਂਸਟ ਖੜਾ ਕਰਤਾ ਆ। ਇਹ ਮੁੱਦੇ ਇੰਨੇ ਗੰਭੀਰ ਨੇ। ਔਰ ਇੱਥੇ ਤੁਸੀਂ ਪੁੱਛਣਾ ਚਾਹੁੰਦੇ ਹੋ ਸਟੇਟ ਆਫ ਪੰਜਾਬ ਕੀ ਕਰ ਰਹੀ ਹੈ ਡੀ ਜੀ ਪੀ ਨੂੰ ਰੀਪ੍ਰਜੈਂਟੇਸ਼ਨ ਦੇਣ ਦੇ ਬਾਵਜੂਦ? ਇਹਨਾਂ ਬੰਦਿਆਂ ਦੀ ਤਾਂ ਪ੍ਰੋਪਰ ਲਿਸਟ ਹੈ, ਬਿਲਕੁਲ ਅੰਮ੍ਰਿਤਪਾਲ ਦੀ ਹੈ, ਜਿਸ ਕਰਨ ਦੀ ਹੈ, ਪੁੱਛਿਆ ਜਾਵੇ ਵੀ ਆਹ ਇੱਥੇ ਇੱਥੇ ਸੀਗੇ, ਇਹਨਾਂ ਦੀ ਫੈਮਿਲੀ ਦੇ ਨਾਲ ਰਾਬਤਾ ਕੀਤਾ ਜਾਵੇ, ਪਰ ਨਹੀਂ, ਬੈਠੇ ਪਏ ਆ ਸਾਰੇ। ਨੋਟ ਈਵਨ ਅ ਸਿੰਗਲ ਕੋਜੈਂਟ ਸਟੈਪ ਹੈਜ਼ ਬੀਨ ਟੇਕਨ। ਫਿਰ ਜਿਸ ਕਰਨ ਦੀ ਹਾਲਤ ਕੀ ਹੈ ਤੁਸੀਂ ਸੁਣਨਾ ਚਾਹੁੰਦੇ? ਉਹਦੀ ਗੋਲੀ ਟੱਪ ਗਈ, ਡਾਕਟਰਸ ਇੰਨੇ ਇਨਡਿਫਰੈਂਟ ਸੀਗੇ, ਉਹਦੇ ਟਾਂਕੇ ਲਾਤੇ ਐਡੀ ਮੋਰੀ 'ਤੇ, ਉਹ ਐਡੀ ਪੇਨ 'ਚ ਰਿਹਾ। ਉਹ ਤੋਂ ਬਾਅਦ ਅਗਲੇ 6 ਦਿਨ ਦੇਖਿਆ ਇਹਨਾਂ ਤੋਂ ਮਾਮਲਾ ਵਿਗੜ ਗਿਆ, ਉਹਨੂੰ ਪਟਿਆਲੇ ਦੇ ਰਜਿੰਦਰਾ ਹੋਸਪਿਟਲ ਭੇਜਿਆ, ਉੱਥੇ ਉਹਦੀ ਪਲਾਸਟਿਕ ਸਰਜਰੀ ਹੋਈ ਹੈ। ਹੁਣ ਉਹਦਾ ਇਹ ਹੈ ਕਿ ਉਂਗਲਾਂ ਚੱਲਣੀਆਂ ਬੰਦ ਹੋ ਗਈਆਂ ਸਾਰੀਆਂ। ਇਹ ਨੈਗਲੀਜੈਂਸੀ ਕਿਹਦੇ ਪਾਰਟ 'ਤੇ ਹੈ? ਫਿਰ ਜਿਹੜੀ ਉਹ ਗੋਲੀ ਲੱਗੀ ਹੈ ਪੰਜਾਬ ਸਟੇਟ 'ਚੋਂ, ਜਦੋਂ ਡੀ ਜੀ ਪੀ ਹਰਿਆਣੇ ਦਾ ਪੀ ਸੀ ਕਰਦਾ, ਸਿਰਫ ਰਬੜ ਬੁਲੇਟਸ ਚੱਲੀਆਂ। ਜੇ ਮੈਂ ਪੁੱਛ ਸਕਦਾ ਇਸ ਸਟੇਟ ਦਾ ਨਾਗਰਿਕ ਹੋਣ ਦੇ ਬਾਵਜੂਦ, ਕ੍ਰਾਈਮ ਕਿਹਦੇ ਖਿਲਾਫ਼ ਕਮਿਟ ਹੋ ਰਿਹਾ? ਸਟੇਟ ਆਫ ਪੰਜਾਬ ਦੇ ਖਿਲਾਫ਼, ਸਟੇਟ ਆਫ ਪੰਜਾਬ ਦੀ ਟੈਰੀਟੋਰੀਅਲ ਬ੍ਰੈਂਚ? ਇਹਨਾਂ ਦੇ ਇਹ ਸਵਾਲ ਕਿਉਂ ਨਹੀਂ ਪੁੱਛ ਸਕਦੇ? ਗੁਰਮੋਹਨ, ਇੱਕ ਚੀਜ਼ ਮੈਂ ਤੁਹਾਡੇ ਕੋਲ ਜਾਣਨਾ ਚਾਹਾਂਗੀ, ਜਿਵੇਂ ਤੁਸੀਂ ਕਹਿ ਰਹੇ ਹੈਗੇ ਆ ਜਾਂ ਜਿਸ ਤਰ੍ਹਾਂ ਤੁਸੀਂ ਇਹਨੂੰ ਲੀਗਲੀ ਅੱਗੇ ਲੈ ਕੇ ਜਾ ਰਹੇ ਆ ਕਿ ਪੰਜਾਬ ਸਰਕਾਰ ਜਿਹੜੀ ਹੈਗੀ ਹੈ ਬਣਦਾ ਜਿਸ ਤਰ੍ਹਾਂ ਦੇ ਨਾਲ ਲੀਗਲੀ ਸਪੋਰਟ ਕਰ ਸਕਦੀ ਹੈ ਜਾਂ ਗਰਨੇਡਸ ਨੂੰ ਇਕੱਠੇ ਕਰਨਾ ਐਜ਼ ਆ ਸਬੂਤ ਕੋਰਟ ਦੇ ਵਿੱਚ ਲੈ ਕੇ ਜਾਣ ਦੇ ਲਈ ਤੁਹਾਡੇ ਲਈ ਮਦਦਗਾਰ ਹੋ ਸਕਦੀ ਹੈ, ਉਸ ਤਰ੍ਹਾਂ ਦੇ ਨਾਲ ਉਹਨਾਂ ਦਾ ਜਿਹੜਾ ਢਾਂਚਾ ਤੁਹਾਡੇ ਨਾਲ ਕੰਮ ਨਹੀਂ ਕਰ ਰਿਹਾ, ਬਟ ਜੇ ਉਹ ਨਹੀਂ ਕਰ ਰਿਹਾ ਤਾਂ ਫਿਰ ਤੁਸੀਂ ਇਹਨੂੰ ਫਾਰਵਰਡ ਅੱਗੇ ਜਿੱਦਾਂ ਲੈ ਕੇ ਜਾਣਾ ਹੈਗਾ ਤਾਂ ਫਿਰ ਤੁਸੀਂ ਆਪਣੇ ਪੱਧਰ 'ਤੇ ਕੀ ਇਹ ਕਰ ਸਕਦੇ ਹੈਗੇ ਹੋ ਜਾਂ ਇਹਦੇ ਲਈ ਕੀ ਤੁਹਾਡਾ ਅਗਲੀ ਪੈਰਵਾਈ ਹੈਗੀ? ਕਿਉਂਕਿ ਇਸ ਤਰ੍ਹਾਂ ਦੇ ਇੱਕ ਜਦ ਸਬੂਤ ਜਾਂ ਗਵਾਹ ਨਹੀਂ ਹੋਣਗੇ ਤਾਂ ਜਿੱਤ ਨਹੀਂ ਸਕਦੇ ਹੈਗੇ, ਹੈ ਨਾ? ਤਾਂ ਤੁਸੀਂ ਆਪਣੇ ਤੌਰ 'ਤੇ ਜਾਂ ਕਹਿ ਲਓ ਕੋਈ ਕੀ ਇਹਦਾ ਅਦਰ ਵੇ ਕੀ ਹੈਗਾ ਫਿਰ? ਦੇਖੋ, ਇਹਦਾ ਜਿਹੜਾ ਅਦਰ ਵੇ ਆ, ਅਸੀਂ ਜੁਡੀਸ਼ੀਅਲ ਇਨਕੁਆਇਰੀ ਦੀ ਨਾਲ ਨਾਲ ਮੰਗ ਕਰ ਰਹੇ ਹਾਂ। ਆਰਟੀਕਲ 51 ਹੁੰਦਾ ਇੰਡੀਅਨ ਕੌਨਸਟੀਟਿਊਸ਼ਨ ਦਾ, ਲੈਜਿਸਲੇਚਰ ਤੇ ਐਗਜ਼ੀਕਿਊਟਿਵ ਤਾਂ ਵੱਖ ਹੋ ਨਹੀਂ ਸਕਦੇ, ਜੁਡੀਸ਼ਰੀ ਜ਼ਰੂਰ ਵੱਖ ਹੈਗੀ ਆ ਕਿ ਇੱਕ ਜੁਡੀਸ਼ੀਅਲ ਆਫੀਸਰ ਦੇ ਤਹਿਤ ਇਨਕੁਆਇਰੀ ਹੋਵੇ ਅਤੇ ਸਾਰੀਆਂ ਚੀਜ਼ਾਂ ਅੱਗੇ ਆਉਣ ਕਿ ਜੁਡੀਸ਼ਰੀ ਅੱਗੇ ਵੀ ਰਿਲੀਫ ਦਿੰਦੀ ਰਹੀ ਆ। ਹੁਣ ਇਹ ਥਾਊਜ਼ੈਂਡਸ ਆਫ ਫਾਰਮਰਸ ਇਹਦੇ 'ਚ ਇਨਵੋਲਵ ਨੇ ਅਤੇ ਉਹੀ ਤੁਹਾਡੇ ਵਾਲੀ ਗੱਲ ਹੈ ਕਿ ਇੰਡੀਵਿਜੁਅਲਿਸਟਿਕ ਕਪੈਸਿਟੀ ਦੇ ਵਿੱਚ ਸਾਡੀ ਮੈਨ ਪਾਵਰ ਰਿਸੋਰਸਿਸ ਲਿਮਿਟਿਡ ਨੇ, ਪਰ ਸਟੇਟ ਦੇ ਆਫਿਸਿਸ ਦਾ ਮੈਂਡੇਟ ਹੀ ਉਹ ਹੈ
ਉਹ ਸਵੇਰ ਤੋਂ ਸ਼ਾਮ ਤੱਕ ਖੁੱਲਦੇ ਹੀ ਲੋਕਾਂ ਦੇ ਗ੍ਰੀਵਾਂਸੇ ਦੱਸਦੇ ਆ। ਗਵਰਨੈਂਸ ਬਿਲਕੁਲ ਇਜ਼ ਮੈਂਡੇਟ ਆਫ ਗਵਰਨਮੈਂਟ ਜੀ, ਨੋਟ ਆਫ ਐਨੀ ਇੰਡੀਵਿਜੂਅਲ ਔਰ ਐਨੀ ਹਿਊਮਨ ਰਾਈਟਸ ਆਰਗੇਨਾਈਜੇਸ਼ਨ, ਆਈਦਰ ਇਟ ਬੀ ਯੂਨਾਈਟਿਡ ਸਟੇਟਸ, ਲੋਕ ਭਲਾਈ, ਇਨਸਾਫ, ਵੈਲਫੇਅਰ, ਜਿੰਨੀਆਂ ਵੀ ਸੰਸਥਾਵਾਂ ਨੇ ਜੀ। ਸੋ ਜਿਵੇਂ ਤੁਸੀਂ ਇੱਥੇ ਗੱਲ ਕੀਤੀ ਕਿ ਟੋਲ ਫਰੀ ਨੰਬਰ ਜਿਹੜਾ ਸ਼ੁਰੂ ਕੀਤਾ ਕਿ ਜੇ ਕੋਈ ਨੌਜਵਾਨ ਉਹਨਾਂ ਦਿਨਾਂ ਦੇ ਦੌਰਾਨ ਸ਼ਿਕਾਰ ਹੋਏ ਆ ਵੀ ਉਹ ਤੁਹਾਡੇ ਤੱਕ ਆਉਣ, ਜੇ ਕਿਸੇ ਨੇ ਆਪਣਾ ਇਲਾਜ ਆਪ ਵੀ ਕਰਵਾ ਲਿਆ ਤੁਹਾਨੂੰ ਅਪਰੋਚ ਕਰਨ। ਪਰ ਦੂਜੇ ਪਾਸੇ ਜੇ ਕੱਲ੍ਹ ਦੀ ਮੈਂ ਗੱਲ ਕਰਾਂ, ਜਿਸ ਤਰ੍ਹਾਂ ਦੇ ਨਾਲ ਸਟੇਟਮੈਂਟ ਆਈ ਹੈ ਕਿ ਅਸੀਂ ਆਈਡੈਂਟੀਫਾਈ ਕਰ ਲਿਆ, ਹਰਿਆਣਾ ਪ੍ਰਸ਼ਾਸਨ ਦੇ ਵੱਲੋਂ ਆਈ ਹੈ ਕਿ ਅਸੀਂ ਆਈਡੈਂਟੀਫਾਈ ਕਰ ਲਿਆ ਜਿਹੜੇ ਵੀ ਲੋਕਾਂ ਨੇ ਉਸ ਦਿਨ ਹੁੜਦੰਗ ਮਚਾਇਆ ਜਾਂ ਜਿਹੜਾ ਕਾਨੂੰਨ ਹੈਗਾ ਉਹਨੂੰ ਕਾਨੂੰਨ ਦੇ ਦਾਇਰੇ ਤੋਂ ਬਾਹਰ ਗਏ ਆ, ਜਿਸ ਤਰ੍ਹਾਂ ਦੀ ਸਟੇਟਮੈਂਟ ਸੀਗੀ, ਉਹਨਾਂ ਦੇ ਪਾਸਪੋਰਟ ਅਤੇ ਉਹਨਾਂ ਦੇ ਜਿਹੜੇ ਵੀਜ਼ਾ ਨੇ ਅਸੀਂ ਐਮਬੈਸੀ ਨੂੰ ਭੇਜਾਂਗੇ। ਸੋ ਇਹਦਾ ਇਹਨੂੰ ਤੁਸੀਂ ਕਿਵੇਂ ਦੇਖਦੇ ਹੈਗੇ ਹੋ, ਇਸਦਾ ਕੀ ਮਕਸਦ ਤੁਹਾਨੂੰ ਲੱਗ ਰਿਹਾ ਹੈਗਾ? ਦੇਖੋ ਕੀ ਨੌਜਵਾਨ ਇਹਦੇ ਤੋਂ ਬਾਅਦ ਵੀ ਤੁਹਾਡੇ ਕੋਲ ਟੋਲ ਫਰੀ ਨੰਬਰ 'ਤੇ ਕਾਲ ਕਰਨਗੇ ਕਿ ਹੈਲਪ ਦੇ ਲਈ? ਤੁਸੀਂ ਬਹੁਤ ਸੋਹਣਾ ਪੁਆਇੰਟ ਜਿਹੜੇ ਪੈਸਿਵ ਤਰੀਕੇ ਦੇ ਨਾਲ ਰੇਜ਼ ਕੀਤਾ, ਮੈਨੂੰ ਬਹੁਤ ਪਸੰਦ ਆਇਆ ਇਹ ਜਰਨਲਿਜ਼ਮ ਤੁਹਾਡਾ, ਕਿਉਂਕਿ ਬਿਲਕੁਲ ਸਹੀ ਗੱਲ ਆ। ਇਹਨੂੰ ਅਸੀਂ ਲੌਜ ਕਹਿੰਦੇ ਹਾਂ, ਫੇਅਰ ਸਾਈਕੋਸਿਸ ਕ੍ਰੀਏਟ ਕਰਨਾ, ਵਲਨਰੇਬਲ ਨੂੰ ਹੋਰ ਜ਼ਿਆਦਾ ਵਲਨਰੇਬਲ ਸਿਚੁਏਸ਼ਨ 'ਚ ਪਾ ਦੇਣਾ, ਕਿਉਂਕਿ ਜਿਹੜਾ ਇੱਥੇ ਇਨਫਰਾਸਟ੍ਰਕਚਰਲ ਅਵੇਲੇਬਿਲਿਟੀ ਹੈ ਪੰਜਾਬ 'ਚ ਉਹ ਨਹੀਂ ਹੈਗੀ ਇਸ ਲੈਵਲ 'ਤੇ। ਫਾਰਮਰਸ ਆਰ ਆਲਰੇਡੀ ਡਿਸਟ੍ਰੈਸਡ, ਅਤੇ ਇਹਨਾਂ ਕੋਲ ਇੱਕ ਹੀ ਰਾਹ ਬਚਦਾ ਆ ਕਿ ਜੇ ਫੋਰਨ ਕੰਟਰੀਜ਼ ਨਾ ਪਾਲਦੇ ਪੰਜਾਬੀਆਂ ਨੂੰ ਇਸ ਤਰੀਕੇ ਨਾਲ, ਵੈਲਕਮ ਨਾ ਹੁੰਦਾ, ਅਤੇ ਅੱਜ ਜਿਹੜੀ ਇੱਕ ਤਕਦੀਰ ਬੜੀ ਸੋਹਣੀ ਕਈਆਂ ਨੇ ਆਪਣੀ ਜ਼ਿੰਦਗੀ ਦੀ ਕਰ ਲਈ ਆ, ਉਹ ਨਾ ਕਰ ਪਾਉਂਦੇ, ਅਤੇ ਉੱਥੇ ਇਹ ਦੇਖਦੇ ਆ ਵੀ ਰਾਈਟ ਟੂ ਲਿਵਲੀਹੁੱਡ ਨੂੰ ਇਹਨਾਂ ਦੀ ਨੂੰ ਕਿਵੇਂ ਅਟੈਕ ਕਰ ਸਕਦੇ ਹਾਂ। ਐਮ ਐਸ ਪੀ ਨੂੰ ਤਾਂ ਕਰਤਾ, ਦੂਜੇ ਪਾਸੇ ਅਸੀਂ ਕੀ ਐਕਸਪੈਕਟ ਕਰ ਸਕਦੇ ਹਾਂ? ਇੱਕ ਪਾਸੇ ਤਾਂ ਇੰਟਰਨੈਟ ਹੀ ਛੱਡ ਆਉਣਾ, ਡੀ ਜੀ ਪੀ ਰੈਂਕ ਤੱਕ ਦੇ ਔਫਿਸਰ ਕਹੀ ਜਾਂਦੇ ਰਬੜ ਬੁਲੇਟ ਵੱਜੀਆਂ ਜੀ, ਪੈਲਟਸ ਬਿਲੋ ਵੈਲੀ ਵੱਜੀਆਂ, ਜਦਕਿ ਅੱਖਾਂ ਖਤਮ ਹੋ ਗਈਆਂ, ਓਰਿਜਨਲ ਅਸੀਂ ਬੁਲੇਟਸ ਦਿਖਾਤੇ, ਅਤੇ ਇੱਧਰੋਂ ਇੰਟਰਨੈਟ ਬੰਦ ਕਰ ਦਿੰਦੇ ਆ, ਉੱਧਰੋਂ ਆਪ ਟਵੀਟ ਕਰ ਦਿੰਦੇ ਆ, ਸਾਰਾ ਕੁਛ ਐਟ ਪਾਰ ਨਹੀਂ ਚੱਲ ਰਹੀਆਂ ਚੀਜ਼ਾਂ, ਅਤੇ ਉੱਥੇ ਹੀ ਇਹਨਾਂ ਨੂੰ ਹੋਰ ਇਸ ਤਰੀਕੇ ਨਾਲ ਪੁਟਿੰਗ ਦੈਮ ਟੂ ਫਰਦਰ ਵਲਨਰੇਬਿਲਿਟੀਜ਼, ਲੈਵਲ ਪਲੇਇੰਗ ਫੀਲਡ ਹੀ ਨਹੀਂ ਰਹੀ। ਮਤਲਬ ਅਫਸੋਸ ਨਾਲ ਮੈਨੂੰ ਕਹਿਣਾ ਪੈ ਰਿਹਾ ਕਿ ਅਸੀਂ ਨਾ ਨਸਲ ਖੁਸ਼ੀ ਦੇ ਵਿੱਚ ਇੱਕ ਟਰਮ ਵਰਤਦੇ ਹਾਂ, ਡੀਹਿਊਮਨਾਈਜੇਸ਼ਨ ਜਾਂ ਸਬ ਹਿਊਮਨ ਕਰਨਾ, ਇਹਨਾਂ ਨੂੰ ਸਬ ਹਿਊਮਨ ਕੀਤਾ ਜਾ ਰਿਹਾ। ਸੋ ਬਿਲਕੁਲ, ਔਰ ਜਿਵੇਂ ਇਹ ਵੀ ਦੇਖਿਆ ਗਿਆ ਹੈਗਾ ਜਿਵੇਂ ਦਿੱਲੀ ਵਿਸ਼ਵ ਵਿਦਿਆਲੇ ਦੇ ਸਟੂਡੈਂਟਸ ਬੈਠਣਾ ਚਾਹੁੰਦੇ ਸੀਗੇ ਕਿਸਾਨਾਂ ਦੇ ਹੱਕ ਦੇ ਵਿੱਚ, 21 ਤੋਂ ਬਾਅਦ ਜੋ ਹੋਇਆ ਨਹੀਂ ਬੈਠਣ ਦਿੱਤਾ ਗਿਆ ਹੈਗਾ, ਇਸ ਦੇ ਵਿੱਚ ਵੀ ਤੁਸੀਂ ਕੋਈ ਮਦਦ ਕਰ ਸਕਦੇ ਹਾਂ? ਪੰਜਾਬ ਦੇ ਬਹੁਤ ਸਾਰੇ ਲੋਕਾਂ ਨੂੰ ਡਰ ਹੈ, ਹਰਿਆਣੇ ਦੇ ਪਿੰਡ ਪਿੰਡ ਅਨਾਊਂਸਮੈਂਟਸ ਹੈਗੀਆਂ ਨੇ ਕਿ ਤੁਸੀਂ ਸ਼ਾਮਿਲ ਨਹੀਂ ਹੋ ਸਕਦੇ ਹੈਗੇ, ਇਸ ਨੂੰ ਲੈ ਕੇ ਵੀ ਤੁਸੀਂ ਕੁਛ ਕਰ ਸਕਦੇ ਹਾਂ? ਦੇਖੋ ਮੈਂ ਇੱਕ ਚੀਜ਼ ਕਹਿਣੀ ਚਾਹੂੰਗਾ ਕਿ ਮੇਰਾ ਇਕੱਲੇ ਦਾ ਤਾਂ ਹੈ ਨਹੀਂ ਪੰਜਾਬ, ਤੁਹਾਡੇ ਚੈਨਲ ਦਾ ਵੀ ਨਾਮ ਬੜਾ ਸੋਹਣਾ ਪੰਜਾਬੋਂ ਹੈ ਨਾ, ਅਤੇ ਤਕਲੀਫ ਵੀ ਇਹੋ ਜਿਹੀ ਆ ਵੀ ਸਾਰੇ ਫੈਕਟ ਹੋਣਗੇ, ਕੋਈ ਇੱਕ ਨਹੀਂ ਹੋਊਗਾ, ਅਤੇ ਜਿੰਨੀ ਕੁ ਸਮਰੱਥਾ ਹੈਗੀ ਆ ਉਹ ਤੋਂ ਕਰੀ ਜਾਂਦੇ ਆ, ਮਹਾਰਾਜ ਕਰਾਈ ਜਾਂਦਾ, ਪਰ ਹਾਂ ਬਹੁਤ ਰਿਸਪੌਂਸ ਆ ਰਿਹਾ, ਹੋਰ ਵੀ ਅੱਗੋਂ ਆਊਗਾ। ਨੌਜਵਾਨ ਆ ਸਾਡੇ ਨਾਲ ਕ੍ਰਿਮੀਨੋਲੋਜੀ ਦੇ ਵਿੱਚ LLM ਕਰ ਰਿਹਾ, ਅਤੇ ਬਹੁਤ ਜ਼ਹੀਨ ਹੈ ਬੱਚਾ ਜੀ, ਅਤੇ ਹੋਰ ਨੌਜਵਾਨੀ ਵੀ ਅੱਗੇ ਆਏਗੀ, ਅਤੇ ਐਟਲੀਸਟ ਦੇਖੋ ਸੱਚ ਕੀ ਹੈ, ਜੇ ਤੁਸੀਂ ਹੁਣ ਕੋਰਟਸ ਤੋਂ ਸਟਾਰਟ ਕੀਤਾ ਸੀਗਾ ਕਿ ਸ਼ੇਰਾਂ ਦੀ ਕਹਾਣੀ ਕੋਈ ਨਹੀਂ ਲਿਖਦਾ, ਕਿਤਾਬਾਂ ਅਕਸਰ ਸ਼ਿਕਾਰੀ ਲਿਖਦੇ ਨੇ, ਸ਼ੇਰਾਂ ਦੇ ਨਾਲ ਕੀ ਵਧੀਕੀਆਂ ਹੋਈਆਂ, ਉਹ ਜਿੱਦਣ ਜਦੋਂ ਕੋਈ ਸ਼ੇਰ ਲਿਖੂਗਾ ਉਹ ਉਹੀ ਬਿਆਨ ਕਰ ਪਾਊਗਾ,
ਸਿਰਫ ਇੱਕ ਗੱਲ ਜਾਂਦੇ ਰਹੇ ਲੋ ਬੜੀ ਸਬਜੈਕਟਿਵ ਟਰਮ ਹੋ ਗਈ ਹੈ ਬਿਲਕੁਲ ਇਸ਼ਮਨੀਤ ਦੀ ਗੱਲ ਕੀਤੀ ਹੈ ਤੁਸੀਂ ਪ੍ਰਿਤਪਾਲ ਦੇ ਕੇਸ ਦੇ ਵਿੱਚ ਉਹਨੂੰ ਇੱਥੇ ਲੈ ਕੇ ਆਉਣ ਦੇ ਵਿੱਚ ਕਾਫੀ ਯੋਗਦਾਨ ਰਿਹਾ ਸਿਰਸਾ ਸਾਹਿਬ ਅੱਗੇ ਰਹੇ ਤੁਸੀਂ ਸਾਰੇ ਅੱਗੇ ਰਹੇ ਹੈਗੇ ਆ ਉਸਦੇ ਉੱਤੇ ਵੀ ਜਿਹੜੀ ਸੁਣਵਾਈ ਹੋਈ ਹੈ ਉਹਦੇ 'ਤੇ ਹਰਿਆਣਾ ਵੱਲੋਂ ਵੀ ਆਪਣਾ ਪੱਖ ਆਇਆ ਸੀਗਾ ਕਿ ਸਿਰਫ ਉੱਥੋਂ ਲੈ ਕੇ ਸਿਰਫ ਉਸਨੂੰ ਹਸਪਤਾਲ ਵੀ ਪੁਲਿਸ ਵੱਲੋਂ ਖੜਿਆ ਗਿਆ ਜਿਹੜਾ ਵਿੱਚ ਵਾਲੀ ਚੀਜ਼ ਹੈ ਕਿ ਕਿਹਾ ਗਿਆ ਥਾਣੇ ਖੜਿਆ ਹੈ ਤਸ਼ੱਦਦ ਕੀਤਾ ਉਹ ਕੁਛ ਵੀ ਨਹੀਂ ਹੈ ਉਸਦੇ ਬਾਰੇ ਵਿੱਚ ਕੋਈ 5 ਫ੍ਰੈਕਚਰਸ ਤਾਂ ਇਕੱਲੇ ਉਹਦੇ ਫੇਸ 'ਤੇ ਨੇ ਬਾਕੀ ਇਸ਼ਪਨੀਤ ਜਿਹੜਾ ਜੱਦੋ ਜਹਿਦ ਕਰ ਰਿਹਾ ਮੇਰਾ ਵੀਰ ਇਸ ਕੇਸ 'ਚ ਹੀ ਵਿਲ ਬੀ ਇਨ ਬੈਟਰ ਪੋਜੀਸ਼ਨ ਕਿਉਂਕਿ ਕੇਸਿਸ ਆਪਣੇ ਆਪ ਦੇ ਵਿੱਚ ਹੀ ਇਹ ਬੜੇ ਤੁਸੀਂ ਸਮਝ ਸਕਦੇ ਹਾਂ ਕਾਨੂੰਨ ਦੇ ਦਾਇਰੇ ਵਿੱਚ ਰਹਿਣਾ ਹੁੰਦਾ ਹੈ ਬਹੁਤ ਕੁਛ ਹੈ ਇਹਦੇ ਵਿੱਚ ਕੇਸ ਦੇ ਵਿੱਚ ਤੇ ਲਤਾੜ ਵੀ ਲੱਗੀ ਹੈ ਇਸ ਕੇਸ ਦੇ ਵਿੱਚ ਜੋ ਪੁਲਿਸ ਨੇ ਜਿਵੇਂ ਐਕਸ਼ਨ ਪਰਫਾਰਮ ਕੀਤੇ ਨੇ ਤੇ ਇਲੀਗਲ ਕਸਟਡੀ ਦੇ ਵਿੱਚ ਉਹਨੂੰ ਜਿਵੇਂ ਰੱਖਿਆ ਗਿਆ ਜਿਵੇਂ ਸਿਰਸਾ ਸਾਹਿਬ ਨੇ ਤੁਹਾਨੂੰ ਦੱਸਿਆ ਕਿ ਪਾਣੀ ਤੱਕ ਨਹੀਂ ਤੁਸੀਂ ਦੇਖਿਆ ਹੋਣਾ ਕਿ ਇਹਦੇ ਨਾਲ ਅਟੈਚ ਕਿਉਂ ਹੁੰਦੀਆਂ ਇਹ ਚੀਜ਼ਾਂ ਕਿ ਕੋਈ ਇਹੋ ਜਿਹਾ ਕੇਸ ਨਹੀਂ ਹੈ ਵੀ ਇਹ ਕੇਸ ਦੇ ਕਈ ਵਿਕਟਿਮ ਇਹੋ ਜਿਹੇ ਨੇ ਜਿਹੜੇ ਹੁਣ ਜਿੰਦੇ ਨਹੀਂ ਹੈਗੇ ਤੁਸੀਂ ਦੇਖਿਆ ਹੋਣਾ ਪਿਛਲੀ ਵਾਰ ਇੱਕ ਬਜ਼ੁਰਗ ਸੀਗਾ ਕਹਿੰਦਾ ਯਾਰ ਤੁਸੀਂ ਪਾਣੀ ਦਾ ਪੀਓ ਯਾਰ ਪ੍ਰਸ਼ਾਦਾ ਦਾ ਛਕੋ ਯਾਰ ਤੇ ਉਹ ਲੋਕ ਨੇ ਪਿਆਰੇ ਜੇ ਬੋਰੀ 'ਚ ਪਾ ਕੇ ਜਿਵੇਂ ਲੈਬ ਰੈਟ ਨੂੰ ਅਸੀਂ ਕਿਸੇ ਨੂੰ ਕੁੱਟਦੇ ਹਾਂ ਤੇ ਚੀਜ਼ਾਂ ਜਿਹੜੀਆਂ ਨੇ ਬਿਆਨ ਵੀ ਨਹੀਂ ਕਰ ਸਕਦੇ ਅਸੀਂ ਇਸ ਲੈਵਲ 'ਤੇ ਨਫ਼ਰਤ ਜੀ ਜਿਹੜੀ ਹੈ ਉਹ ਇੱਕ ਡੈਮੋਕ੍ਰੇਸੀ ਦੇ ਲਈ ਬਹੁਤ ਵੱਡਾ ਖਤਰਾ ਜੀ ਸੋ ਬਹੁਤ ਬਹੁਤ ਧੰਨਵਾਦ ਗੁਰਮੋਹਨ ਆਪਣੀ ਗੱਲ ਰੱਖਣ ਦੇ ਲਈ ਕਿਉਂਕਿ ਬਹੁਤ ਸਾਰੀਆਂ ਚੀਜ਼ਾਂ ਜਦੋਂ ਕਾਨੂੰਨੀ ਪੱਧਰ 'ਤੇ ਲੜਨੀਆਂ ਹੁੰਦੀਆਂ ਅਤੇ ਉਹ ਕੋਰਟ ਤੱਕ ਜਾਣੀਆਂ ਹੁੰਦੀਆਂ ਨੇ ਅਤੇ ਉਹਨਾਂ ਦੀ ਇੱਕ ਪ੍ਰਾਈਵੇਸੀ ਰਹਿੰਦੀ ਹੈਗੀ ਪਰ ਫਿਰ ਵੀ ਤੁਸੀਂ ਬਹੁਤ ਵਧੀਆ ਤਰੀਕੇ ਦੇ ਨਾਲ ਦੱਸਿਆ ਵੀ ਕਿਵੇਂ ਦਾ ਤਸ਼ੱਦਦ ਰਿਹਾ ਸੋ ਬਹੁਤ ਬਹੁਤ ਧੰਨਵਾਦ ਸਮਾਂ ਦੇਣ ਦੇ ਸ਼ੁਕਰਾਨਾ ਜੀ ਸੋ ਦੋਸਤੋ ਇਹ ਸਨ ਸਾਡੇ ਨਾਲ ਗੁਰਮੋਹਨ ਸਿੰਘ ਸੋ ਲਗਾਤਾਰ ਉਹ ਸਾਰੇ ਨੌਜਵਾਨ 153 ਦੇ ਕਰੀਬ ਉਹ ਨੌਜਵਾਨ ਨੇ ਜਿਨ੍ਹਾਂ ਦੇ ਜ਼ਖਮ ਨੇ ਜਿਨ੍ਹਾਂ ਦੇ ਟਾਂਕੇ ਲੱਗੇ ਨੇ ਜਿਹੜੇ ਉਸ ਦਿਨ ਜਿਹੜਾ ਹੈਗੇ ਆ ਉਹ ਕਿਤੇ ਨਾ ਕਿਤੇ ਜਿਨ੍ਹਾਂ ਨੂੰ ਨੁਕਸਾਨ ਪਹੁੰਚਿਆ ਹੈਗਾ ਐਂਡ 13 ਉਹਨਾਂ ਦੇ ਵਿੱਚੋਂ ਹੋਰ ਵੀ ਹੈਗੇ ਨੇ ਜਿਨ੍ਹਾਂ ਨੂੰ ਅੱਗੇ ਰੈਫਰ ਕੀਤਾ ਗਿਆ ਹੈਗਾ ਆ ਸੋ ਕਿਸ ਤਰ੍ਹਾਂ ਦੇ ਨਾਲ ਤਸ਼ੱਦਦ ਜਿਹੜਾ ਹੈਗਾ ਉਸ ਦਿਨ ਰਿਹਾ ਲਗਾਤਾਰ 12 ਅਥਰੂ ਗੈਸ ਦੇ ਗੋਲੇ ਡਿੱਗਦੇ ਰਹੇ ਹੈਗੇ ਆ ਔਰ ਉਸ ਤੋਂ ਬਾਅਦ ਜ਼ਾਹਿਰ ਜੀ ਗੱਲ ਸੀ ਬਹੁਤ ਸਾਰੇ ਲੋਕ ਉਸ ਦਿਨ ਜ਼ਖਮੀ ਸੀਗੇ ਉਹਨਾਂ ਨੂੰ ਵਾਰ ਵਾਰ ਲੈ ਕੇ ਜਾਇਆ ਜਾ ਰਿਹਾ ਸੀਗਾ ਸੋ ਇਸ ਵਾਰ ਜੋ ਚੰਗਾ ਦੇਖਣ ਨੂੰ ਮਿਲ ਰਿਹਾ ਹੈਗਾ ਆ ਖਾਸ ਕਰਕੇ ਕਿਸਾਨੀ ਅੰਦੋਲਨ 2.0 ਜਿਹਨੂੰ ਅਸੀਂ ਕਹਿ ਰਹੇ ਹੈਗੇ ਆ ਲੀਗਲ ਪੈਰਵਾਈ ਨਾਲ ਦੀ ਨਾਲ ਸ਼ੁਰੂ ਕੀਤੀ ਗਈ ਹੈਗੀ ਹੈ ਨੌਜਵਾਨਾਂ ਨੂੰ ਕਿਤੇ ਨਾ ਕਿਤੇ ਮਦਦ ਦੇਣ ਦੀ ਕੋਸ਼ਿਸ਼ ਹੈਗੀ ਹੈ ਕਿਉਂਕਿ ਸਾਹਮਣਿਓ ਵੀ ਕਿਤੇ ਨਾ ਕਿਤੇ ਨੌਜਵਾਨ ਹੀ ਟਾਰਗੇਟ ਨੇ ਤਾਂ ਇੱਧਰੋਂ ਵੀ ਕੋਸ਼ਿਸ਼ ਇਹੀ ਹੈਗੀ ਹੈ ਕਿ ਨੌਜਵਾਨਾਂ ਨੂੰ ਕਿਤੇ ਨਾ ਕਿਤੇ ਬਚਾਇਆ ਜਾ ਸਕੇ ਸੋ ਅੱਜ ਇਸ ਨੂੰ ਲੈ ਕੇ ਪ੍ਰੈਸ ਕਾਨਫਰੰਸ ਕੀਤੀ ਗਈ ਹੈਗੀ ਹੈ ਔਰ ਇਹ ਕੇਸ ਦੀ ਅਗਲੀ ਸੁਣਵਾਈ ਜਿਹੜੀ ਹੈਗੀ ਹੈ ਉਹ 7 ਮਾਰਚ ਨੂੰ ਹੈਗੀ ਹੈ ਸੋ ਲਗਾਤਾਰ ਇਸ ਨੂੰ ਅੱਗੇ ਲੀਡ ਕਰ ਰਹੇ ਹੈਗੇ ਨੇ ਗੁਰਮੋਹਨ ਸੋ ਅਸੀਂ ਕੋਸ਼ਿਸ਼ ਕਰਦੇ ਹਾਂ ਪੰਜਾਬੋ ਦੇ ਜ਼ਰੀਏ ਪੰਜਾਬ ਦਾ ਹਰ ਮਸਲਾ ਤੁਹਾਡੇ ਰੂਬਰੂ ਲੈ ਕੇ ਆਈਏ ਸਿਲਸਿਲਾ ਜਾਰੀ ਰਹੇਗਾ ਫਿਲਹਾਲ ਮੈਨੂੰ ਅਰਪਣ ਕੌਰ ਨੂੰ ਸਹਿਯੋਗੀ ਕੈਮਰਾਮੈਨ ਇੰਦਰਜੀਤ ਸਿੰਘ ਦੇ ਨਾਲ ਦਿਓ ਆ ਗਿਆ ਧੰਨਵਾਦ